ਜਦੋਂ ਇਹ ਅਨਫੋਰਚੂਨੇਟ ਇਨਸੀਡੈਂਟ ਰਿਪੋਰਟ ਹੋਇਆ ਚੰਡੀਗੜ੍ਹ ਯੂਨੀਵਰਸਿਟੀ ਘੜੂਆ ਕੈਂਪਸ ਵਾਲਾ, ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਮੈਡਮ ਗੁਰਪ੍ਰੀਤ ਦਿਓ ਜਿਹੜੇ ਕਿ ਏਡੀਜੀ ਪੰਜਾਬ ਪੁਲਿਸ ਚ ਨੇ ਔਰ ਵੁਮੈਨ ਅਫੇਅਰਸ ਦੇਖਦੇ ਨੇ, ਮੌਕੇ ਤੇ ਆਏ ਔਰ ਉਸ ਤੋਂ ਬਾਅਦ ਐਸਆਈਟੀ ਵੀ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਬਣਾਈ ਗਈ ਸਪੈਸ਼ਲੀ ਸੋ ਦੈਟ ਫੇਅਰ ਤੇ ਇੰਪਾਰਸ਼ਲ ਇਹਦੀ ਇਨਵੈਸਟੀਗੇਸ਼ਨ ਹੋ ਸਕੇ ਕੇਸ ਦੀ। ਜਦੋਂ ਪੁਲਿਸ ਨੂੰ ਇਨਫੋਰਮੇਸ਼ਨ ਆਈ ਇਮੀਡੀਏਟਲੀ ਕੰਪਲੇਨੈਂਟ ਦੀ ਸਟੇਟਮੈਂਟ ਲੈ ਕੇ ਐਫ ਆਈ ਆਰ ਦਰਜ ਕੀਤੀ ਗਈ ਔਰ ਇਮੀਡੀਏਟਲੀ ਜਿਹੜਾ ਅਕਿਊਜ਼ ਸੀਗੀ ਗਰਲ ਸਟੂਡੈਂਟ ਉਹਨੂੰ ਅਰੈਸਟ ਕੀਤਾ ਗਿਆ ਔਰ ਉਹਦੇ ਫੋਲੋ ਅਪ ਚ ਇਮੀਡੀਏਟਲੀ ਉਹਦੇ ਜਿਹੜੇ ਦੋ ਹੋਰ ਕੋ ਅਕਿਊਜ਼ ਸਾਹਮਣੇ ਆਏ ਉਹਨਾਂ ਨੂੰ ਵੀ ਹਿਮਾਚਲ ਪੁਲਿਸ ਦੇ ਨਾਲ ਜਾ ਕੇ ਇਮੀਡੀਏਟਲੀ ਅਰੈਸਟ ਕੀਤਾ ਗਿਆ। ਸੋ ਸਾਰੀ ਇਹ ਬੜੀ ਸਵਿਫਟ ਕਾਰਵਾਈ ਕੀਤੀ। ਉਸ ਤੋਂ ਬਾਅਦ ਇੱਕ ਐਸ ਆਈ ਟੀ ਬਣਾਈ ਗਈ ਡੀ ਜੀ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ, ਉਹਦੇ ਚ ਰੁਪਿੰਦਰ ਪੱਟੀ ਮੈਡਮ ਐਸ ਪੀ ਜਿਹੜੇ ਹੈੱਡ ਕਰ ਰਹੇ ਨੇ ਔਰ ਮੈਡਮ ਗੁਰਪ੍ਰੀਤ ਦਿਓ ਜਿਹੜੇ ਸਾਡੇ ਏ ਡੀ ਜੀ ਪੀ ਨੇ ਵੁਮੈਨ ਅਫੇਅਰਸ ਵੀ ਟੇਕ ਕੇਅਰ ਕਰਦੇ ਨੇ ਪੰਜਾਬ ਪੁਲਿਸ ਚ, ਉਹਨਾਂ ਦੇ ਸੁਪਰਵਿਜ਼ਨ ਚ ਬਣਾਈ ਗਈ ਹੈ ਔਰ ਐਸ ਆਈ ਟੀ ਨੇ ਵੀ ਜਿਹੜੇ ਇਮੀਡੀਏਟਲੀ ਸਾਰਾ ਮੌਕਾ ਮੁਲਾਜ਼ਾ ਕੀਤਾ, ਸੀਨ ਆਫ ਕ੍ਰਾਈਮ ਦੇਖਿਆ, ਵਾਸ਼ਰੂਮ ਦੇਖੇ ਹੈ ਔਰ ਉਹਦੀ ਇਹ ਦੇਖਣ ਵਾਸਤੇ ਕਿ ਜਿਹੜੇ ਬੱਚਿਆਂ ਦਾ ਐਪਰੀਹੈਂਸ਼ਨ ਸੀ ਜਾਂ ਜੋ ਸਾਨੂੰ ਲੱਗਦਾ ਸੀ ਕਿ ਕੋਈ ਬਾਗਿੰਗ ਵਗੈਰਾ ਨਾ ਹੋਵੇ ਉਹ ਵੀ ਚੈੱਕ ਕੀਤਾ। ਹੁਣ ਸਾਈਬਰ ਐਕਸਪਰਟਸ ਵੀ ਉਹਦੇ 'ਚ ਅਸੀਂ ਇਨਵੋਲਵ ਕਰ ਰਹੇ ਹਾਂ। ਇਸ ਤੋਂ ਇਲਾਵਾ ਜਿਹੜੇ ਇਹਨਾਂ ਨੇ ਅੱਜ ਵਾਰਡਨ ਜਿਹੜੇ ਉਸ ਟਾਈਮ ਦੇ ਸੀ ਉਹਨਾਂ ਨੂੰ ਵੀ ਅੱਜ ਬੁਲਾਇਆ ਹੋਇਆ, ਉਹਨਾਂ ਦੀ ਸਟੇਟਮੈਂਟ ਵਗੈਰਾ ਰਿਕਾਰਡ ਕਰ ਰਹੇ ਆ ਔਰ ਇਨਵੈਸਟੀਗੇਟ ਕਰ ਰਹੇ ਸਾਰਾ ਮੈਟਰ। ਇਸ ਤੋਂ ਇਲਾਵਾ ਜਿਹੜਾ ਫੋਨ ਹੈ ਮੇਨ ਜਿਹੜਾ ਸਾਡੀ ਪੀਸ ਆਫ ਐਵੀਡੈਂਸ ਹੈ ਜਿਹੜੀ ਕਿ ਬੜੀ ਡਿਜੀਟਲ ਅਤੇ ਸਾਇੰਟਿਫਿਕ ਹੁੰਦੀ ਹੈ, ਉਹ ਅਸੀਂ ਸਟੇਟ ਸਾਈਬਰ ਸੈੱਲ ਨੂੰ ਭੇਜੇ ਹੋਏ ਆ ਤਿੰਨੋਂ ਅਕਿਊਜ਼ ਦੇ ਔਰ ਉਹਦੇ 'ਚ ਜਿਹੜਾ ਵੀ ਕੋਈ ਡੇਟਾ ਵਗੈਰਾ ਰਿਟਰੀਵ ਜਾਂ ਕੋਈ ਇਸ ਤਰ੍ਹਾਂ ਦਾ ਹੁੰਦਾ ਉਹਨੂੰ ਵੀ ਅਸੀਂ ਸਾਡੇ ਕੋਲ ਆਉਣ ਦੀ ਜਿਸ ਤਰ੍ਹਾਂ ਇਹ ਉਮੀਦ ਹੋ ਜਾਂਦੀ ਹੈ ਔਰ ਉਹਦੇ ਥਰੂ ਹੀ ਆਉਂਦਾ ਹੈ ਐਕਸਪਰਟਸ ਦੇ ਥਰੂ, ਉਹਦੀ ਵੇਟ ਕਰ ਰਹੇ ਹਾਂ। ਜਿਹੜੀ ਐਪਰੀਹੈਂਸ਼ਨਸ ਨੇ ਕਿ ਹੋਰ ਵੀਡੀਓਜ਼ ਨੇ ਹੋਰ ਬੱਚਿਆਂ ਦੀਆਂ, ਉਹ ਐਲੀਗੇਸ਼ਨ ਜ਼ਰੂਰ ਸੀਗੀ ਉਹਦੇ ਵਿੱਚ ਐਫ ਆਈ ਆਰ ਦੇ, ਉਹਨੂੰ ਅਸੀਂ ਬਿਲਕੁਲ ਡੀਪਲੀ ਇਨਵੈਸਟੀਗੇਟ ਕਰੇਗੀ ਐਸ ਆਈ ਟੀ ਔਰ ਸਾਰੀ ਕੋਈ ਲੂਜ਼ ਐਂਡ ਜਿਹੜਾ ਛੱਡਿਆ ਨਹੀਂ ਜਾਏਗਾ ਔਰ ਇਹ ਪੂਰੀ ਓਪਨ ਹੈ ਇਨਵੈਸਟੀਗੇਸ਼ਨ। ਇਟਸ ਲਾਈਕ ਅ ਜਿਗਸੋ ਪਜ਼ਲ, ਟਾਈਮ ਲੱਗਦਾ ਕ੍ਰਾਈਮ ਦੇ ਵਿੱਚ ਉਹਨੂੰ ਸੋਲਵ ਕਰਨ ਨੂੰ, ਉਹ ਐਸ ਆਈ ਟੀ ਕਰ ਰਹੀ ਹੈ। ਔਰ ਇਸ ਤੋਂ ਇਲਾਵਾ ਜਿਹੜਾ ਸਟੇਟ ਫੋਰੈਂਸਿਕਸ ਦੇ ਸਾਡੇ ਐਕਸਪਰਟ ਨੇ ਡਾਕਟਰ ਕਾਲੀਆ, ਉਹਨਾਂ ਨੇ ਵੀ ਵਿਜ਼ਿਟ ਕੀਤਾ ਸੀ ਸੀਨ ਆਫ ਕ੍ਰਾਈਮ, ਸਪੈਸ਼ਲੀ ਵਾਸ਼ਰੂਮਸ ਨੇ ਜਿੱਥੇ ਐਪਰੀਹੈਂਸ਼ਨ ਸੀ ਗਰਲ ਸਟੂਡੈਂਟਸ ਦੀ, ਉਹਨਾਂ ਨੇ ਵੀ ਆਪਣੀ ਫਿਜ਼ੀਕਲ ਡਿਵੀਜ਼ਨ ਨੇ ਰਿਪੋਰਟ ਦੇਣੀ ਹੈ, ਉਹਨਾਂ ਦੀ ਇੰਸਪੈਕਸ਼ਨ ਹੋ ਚੁੱਕੀ ਹੈ ਔਰ ਮੈਂ ਅਸ਼ੋਰ ਕਰਦਾ ਕਿ ਜਿਹੜੀ ਇਹ ਸਾਰੀ ਇਨਵੈਸਟੀਗੇਸ਼ਨ ਹੈ ਬਿਲਕੁਲ ਟ੍ਰਾਂਸਪੇਰੈਂਟਲੀ ਔਰ ਇੰਪਾਰਸ਼ਲੀ ਹੋਏਗੀ ਅਤੇ ਸਿਰਫ ਅਸੀਂ ਵੇਟ ਕਰ ਰਹੇ ਹਾਂ ਕਿ ਸਾਡੇ ਕੋਲ ਡੇਟਾ ਆ ਜਾਏ, ਬਿਕੋਜ਼ ਜਿਹੜੀ ਇਹ ਡਿਜੀਟਲ ਅਤੇ ਸਾਇੰਟੀਫਿਕ ਐਵੀਡੈਂਸ ਹੈ ਇਹ ਬਿਲਕੁਲ ਕਲਿੰਚਿੰਗ ਹੁੰਦੀ ਹੈ, ਹਿਊਮਨ ਜਿਹੜੀ ਵਰਸ਼ਨ ਦੇ ਵਿੱਚ ਕਿਤੇ ਫਰਕ ਆ ਸਕਦਾ ਬਟ ਇਹ ਬੜਾ ਕਲੀਅਰ ਹੁੰਦੀ ਹੈ ਜਿਹੜੀ ਸਾਇੰਟੀਫਿਕ ਐਵੀਡੈਂਸ। ਔਰ ਜਿਹੜੇ ਤਿੰਨੋਂ ਅਕਿਊਜ਼ ਨੇ ਦੇ ਆਰ ਅੰਡਰ ਜੁਡੀਸ਼ੀਅਲ ਜਿਹੜੇ ਸਕੂਟਨੀ ਦੇ ਵਿੱਚ ਆ ਜਾਂਦਾ ਜਦੋਂ ਪ੍ਰੋਸੈਸ ਦੇ ਵਿੱਚ ਨੇ, 7 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਲਿਆ ਜਾ ਚੁੱਕਾ ਹੈ ਔਰ ਮੈਨੂੰ ਮੈਂ ਤੁਹਾਡੇ ਰਾਹੀਂ ਅਸ਼ੋਰੈਂਸ ਦਿੰਦਾ ਜੋ ਬੱਚਿਆਂ ਨੂੰ ਔਨ ਗਰਾਊਂਡ ਵੀ ਦਿੱਤੀ ਸੀ ਕਿ ਬਿਲਕੁਲ ਫੇਅਰ ਇੰਪਾਰਸ਼ਲ ਅਤੇ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਐਸ ਆਈ ਟੀ ਵੱਲੋਂ ਕੀਤੀ ਜਾਊਗੀ। ਕਿਸੇ ਕੋਲ ਵੀ ਕੋਈ ਐਵੀਡੈਂਸ ਆਉਂਦੀ ਹੈ ਤਾਂ ਤੁਸੀਂ ਯੂ ਆਰ ਮੋਸਟ ਵੈਲਕਮ ਟੂ ਸ਼ੇਅਰ ਵਿਦ ਦੀ ਐਸ ਆਈ ਟੀ। ਕੁਛ ਰਿਊਮਰਸ ਵੀ ਸਾਡੇ ਕੋਲ ਸਾਹਮਣੇ ਆਈਆਂ, ਬੱਚਿਆਂ ਵੱਲੋਂ ਦੱਸਿਆ ਗਿਆ ਕਿ ਸਾਨੂੰ ਮਿਸ ਇਨਫੋਰਮੇਸ਼ਨ ਫੈਲਾਈ ਜਾ ਰਹੀ ਹੈ, ਕੁਛ ਫੋਰਨ ਨੰਬਰਸ ਵਗੈਰਾ ਹੈਗੇ ਉਹਨਾਂ ਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਔਰ ਉਹਦਾ ਵੀ ਅਸੀਂ ਕੋਗਨੀਸ ਲੈ ਰਹੇ ਹਾਂ, ਜੋ ਵੀ ਲੀਗਲ ਉਹਦੇ 'ਤੇ ਓਪੀਨੀਅਨ ਆਏਗਾ ਉਹਦੇ ਮੁਤਾਬਕ ਉਹ 'ਤੇ ਵੀ ਕਾਰਵਾਈ ਕੀਤੀ ਜਾਏ ਕਿ ਮਿਸ ਇਨਫੋਰਮੇਸ਼ਨ ਕੌਣ ਫੈਲਾ ਰਿਹਾ ਔਰ ਉਹਨਾਂ ਨੂੰ ਟਰੇਸ ਕੀਤਾ ਜਾ ਰਿਹਾ ਅਤੇ ਉਹਦੇ 'ਤੇ ਵੀ ਅਸੀਂ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਦੀ ਐਵੀਡੈਂਸ ਸਾਡੇ ਕੋਲ ਆਏ।